ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਕਲਰਕ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ 3500 ਤੋਂ ਵੱਧ ਵੈਕੈਂਸੀਜ਼ ਜਿਹੜੀਆਂ ਨੇ ਆਊਟ ਹੋਈਆਂ ਨੇ ਜੀ 올 ਇੰਡੀਆ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਤਨਖਾਹ ਵੀ ਬਹੁਤ ਵਧੀਆ ਰਹਿਣ ਵਾਲੀ ਹੈ ਉਮਰ ਯੋਗਤਾ ਸਾਰੀ ਵੇਰਵੇ ਜਿਹੜੇ ਮੈਂ ਤੁਹਾਨੂੰ ਅੱਗੇ ਵੀਡੀਓ ਜਿ ਦਵਾਗਾ ਜੀ ਸੋ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਵੀਕ ਦੁਬਾਰਾ ਲਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਸਕੋ ਇਸੇ ਦੇ ਨਾਲ ਬਾਕੀ ਸਾਰੀ ਡਿਟੇਲ ਜਿਹੜੀਆਂ ਨੇ ਤੁਹਾਨੂੰ ਸਾਡੀ ਵੈਬਸਾਈਟ ਜੋ ਕਿ meetacademy.xyz ਉਥੋਂ ਜਾ ਕੇ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰੀ ਡਿਟੇਲ ਤੁਹਾਨੂੰ ਉਥੋਂ ਮਿਲ ਵੀ ਜਾਵੇਗੀ ਨਾਲ ਦੀ ਨਾਲ ਤੁਸੀਂ ਕਿਸੇ ਵੀ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਤੁਸੀਂ Google 'ਚ ਜਾ ਕੇ ਟਾਈਪ ਕਰਨਾ ਜੀ meetacademy.xyz ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ jdi.com ਮਿਲ ਜਾਵੇਗੀ ਉਥੋਂ ਤੁਸੀਂ ਸਾਰੇ ਹੀ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜੀ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋਣ ਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਚ ਅਵੇਲੇਬਲ ਹੈ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਜੀ ਇਸ ਦੇ ਵਿੱਚ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਇਸ ਦੇ ਵਿੱਚ 6 ਅਗਸਤ ਤੋਂ ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ 20 ਅਗਸਤ ਲਾਸਟ ਡੇਟੇ ਦੀ ਰਹਿਣ ਵਾਲੀ ਹੈ ਜੀ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟਸ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਵੈਕੈਂਸੀ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਕਲਰਕ ਦੀਆਂ 759 ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਹ ਪਹਿਲਾ ਨੋਟੀਫਿਕੇਸ਼ਨ ਹੈ ਸੈਕੰਡ ਵੀ ਅੱਗੇ ਮੈਂ ਗੱਲ ਕਰਾਂਗਾ ਜਿਸ ਦੇ ਵਿੱਚ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਹੁਣ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਿ ਸੈਲਰੀ ਕਿੰਨੀ ਰਹੇਗੀ ਤੁਹਾਡੀ ਸੈਲਰੀ ਜਿਹੜੀ ਹੈ 34500 ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਰਹਿੰਦੀ ਹੈ ਉਸ ਤੋਂ ਬਾਅਦ ਟਾਈਮ ਟੂ ਟਾਈਮ ਇਹ ਜਿਹੜੀ ਹੈ ਜੀ ਵਾਧਦੀ ਰਹਿੰਦੀ ਹੈ ਇਸ ਦੇ ਵਿੱਚ ਗ੍ਰੈਜੂਏਸ਼ਨ ਜ ਵਿਡ ਡਿਸਪਲਿਨ ਦੇ ਵਿੱਚ ਕੀਤੀ ਹੈ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨਹੀਂ एलिਜੀਬਲ ਨੇ ਅਪਲਾਈ ਕਰ ਸਕਦੇ ਨੇ ਰੈਲੇਵੈਂਟ ਡਿਸਪਲਿਨ ਵਿੱਚ ਵੈਸੇ ਇਹਨਾਂ ਨੇ ਮੰਗੀ ਹੈ ਜੀ ਇਹਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਤੁਹਾਡੀ ਸਭ ਤੋਂ ਪਹਿਲਾਂ ਤਾਂ ਸਿਲੈਕਸ਼ਨ ਕਿੱਦਾਂ ਹੋਣੀ ਹੈ ਕੰਪਿਊਟਰ ਬੇਸਡ ਟੈਸਟ ਹੋਏਗਾ ਉਸ ਤੋਂ ਬਾਅਦ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਹੋਏਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤੇ ਮੈਡੀਕਲ ਐਗਜ਼ਾਮ ਜਿਹੜਾ ਹੈ ਜੀ ਤੁਹਾਡਾ ਇਸ ਦੇ ਵਿੱਚ ਹੋਣ ਵਾਲਾ ਹੈ ਜੀ ਨੈਕਸਟ ਗੱਲ ਕਰਦੇ ਆ ਐਪਲੀਕੇਸ਼ਨ ਫੀ ਦੀ ਜਨਰਲ ਵਾਲੇ ਕੈਂਡੀਡੇਟ 850 ਰੁਪੀ ਐਸਸੀ ਐਸ ਐਸਟੀ ਬੀਸੀ ਤੇ ਜਿਹੜੇ ਓਬੀਸੀ ਕੈਂਡੀਡੇਟ ਨੇ ਈਐਸਐਮ ਕੈਂਡੀਡੇਟ ਨੇ ਉਹਨਾਂ ਨੂੰ 550 ਰੁਪਏ ਪੇ ਕਰਨੇ ਹੋਣਗੇ ਤੋਂ ਬਾਅਦ ਪੀਐਸਸੀ ਕੈਂਡੀਡੇਟ ਪੰਜਾਬ ਦੇ ਨੇ 650 ਰੁਪੀ ਉਹਨਾਂ ਨੂੰ ਜਿਹੜੇ ਨੇ ਉਹ ਪੇ ਕਰਨੇ ਹੋਣਗੇ ਜੀ ਲਿੰਕ ਤੁਸੀਂ ਦੇਖ ਰਹੇ ਹੋ ਇਸ ਲਿੰਕ ਜਿਹੜੇ ਨੇ ਦਿੱਤੇ ਹੋਏ ਨੇ ਅਪਲਾਈ オンਲਾਈਨ ਹੀ ਕਰਨਾ ਹੋਏਗਾ ਜੀ ਔਰ ਨੋਟੀਫਿਕੇਸ਼ਨ ਦਾ ਲਿੰਕ ਦਿੱਤਾ ਹੋਇਆ ਹੈ ਇਹ ਨੋਟੀਫਿਕੇਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਕਲਰਕ ਦੀ ਵੈਕੈਂਸੀਜ਼ ਦਾ ਨਿਕਲ ਕੇ ਆਇਆ ਹੈ ਜੀ ਹੁਣ ਅਸੀਂ ਗੱਲ ਕਰ ਲੈਨੇ ਆ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜਿਹੜਾ ਕਿ ਆਊਟ ਕੀਤਾ ਗਿਆ ਜੀ ਉਹਦੇ ਬਾਰੇ ਵਿੱਚ ਨੈਕਸਟ ਨੋਟੀਫਿਕੇਸ਼ਨ ਜਿਹੜਾ ਹੈ ਜੀ 6 ਅਗਸਤ ਨੂੰ ਜਿਹੜਾ ਰਿਲੀਜ਼ ਕੀਤਾ ਗਿਆ ਸੀ 22 ਅਗਸਤ ਤੋਂ ਇਹਦੇ ਲਈ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਜਾਏਗਾ ਸੋ ਲਾਸਟ ਡੇਟ ਜਿਹੜੀ ਹੈ ਜੀ 22 ਸਤੰਬਰ 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਕਲਰਕ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹ ਆਊਟ ਕੀਤੀਆਂ ਗਈ 2756 ਪੋਸਟਾਂ ਜਿਹੜੇ ਨੇ ਇਹ ਆਊਟ ਕੀਤੀਆਂ ਗਈਆਂ ਨੇ ਪਹਿਲੀ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਉਹ ਵੀ 752 ਪੋਸਟਾਂ ਸੀਗੀਆਂ ਸੋ ਟੋਟਲ ਇਹ ਜਿਹੜੀਆਂ ਬਰਾਊਨ ਪੋਸਟਾਂ ਨੇ 3400 ਸਮਥਿੰਗ ਪੋਸਟਾਂ ਆਈਆਂ ਨੇ ਉਹ ਬਣ ਜਾਂਦੀਆਂ ਨੇ ਸੋ ਤੁਸੀਂ ਇਹਨਾਂ ਦੇ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਅਗਰ ਅਸੀਂ ਗੱਲ ਕਰੀਏ ਇਹਦੇ ਲਈ ਸੈਲਰੀ ਤੁਹਾਡੀ ਕਿੰਨੀ ਰਹਿਣ ਵਾਲੀ ਹੈ ਤਾਂ ਸਟਾਰਟਿੰਗ ਸੈਲਰੀ 27700 ਤੋਂ ਲੈ ਕੇ 44500 ਤੁਹਾਡੀ ਰਹਿਣ ਵਾਲੀ ਹੈ 18 ਤੋਂ ਲੈ ਕੇ 40 ਸਾਲ ਤੱਕ ਦੇ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਤੇ ਇਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਤੇ ਇੰਟਰਵਿਊ ਦੋਨੋਂ ਹੀ ਹੋਣ ਵਾਲੇ ਨੇ ਔਰ ਉਸ ਤੋਂ ਬਾਅਦ ਸ ਕਲ ਕਰੀਏ ਤੇ ਜਿਹੜੇ ਜਨਰਲ ਕੈਂਡੀਡੇਟ ਨੇ 500 ਰੁਪਏ ਪੇ ਕਰਨਗੇ ਐਸਸੀ ਐਸਟੀ ਤੇ ਪੀਐਚ ਕੈਂਡੀਡੇਟ 350 ਰੁਪਏ ਜਿਹੜਾ ਜੀ ਉਹ ਪੇ ਕਰਨਾ ਹੋਏਗਾ ਜੀ ਉਸ ਤੋਂ ਬਾਅਦ ਜਿੰਨਾ ਕੈਂਡੀਡੇਟ ਨੇ ਬੈਚਲਰ ਡਿਗਰੀ ਲਾਅ ਦੇ ਵਿੱਚ ਕੀਤੀ ਹੋਈ ਹੈ ਉਹ ਸਾਰੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਔਰ ਉਸ ਤੋਂ ਬਾਅਦ ਲਿੰਕ ਜਿਹੜੇ ਨੇ ਮੈਂ ਤੁਹਾਨੂੰ ਦੋਨੋਂ ਹੀ ਅਲੱਗ-alag ਦੇ ਦਵਾਂਗਾ ਇਹ ਨੋਟੀਫਿਕੇਸ਼ਨ ਹਾਈ ਕੋਰਟ ਵੱਲੋਂ ਆਊਟ ਕੀਤਾ ਗਿਆ ਹੈ ਜੀ ਰਾਜਸਥਾਨ ਹਾਈ ਕੋਰਟ ਵੱਲੋਂ ਤੁਸੀਂ ਇਹ ਲਿੰਕ ਤੇ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ ਇਹਦੇ ਲਈ 올 ਇੰਡੀਆ ਦੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਜੀ ਇਸ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਪੂਰੀ ਡਿਟੇਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਫਿਰ ਵੀ ਤੁਹਾਨੂੰ ਕੋਈ ਡਾਊਟ ਹੁੰਦਾ ਤੁਸੀਂ ਤੁਹਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਦੋਨਾਂ ਹੀ ਪੋਸਟਾਂ ਦੇ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲੈਣਾ ਫਿਰ ਤੇ ਅਗਲੀ ਵੀਡੀਓ ਵਿੱਚ ਮਿਲਾਂਗਾ ਤੁਹਾਨੂੰ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ